ਬਧਾਈਆਂ ਦੀਪ ਭਾਜੀ ਬਹੁਤ ਬਹੁਤ ਵਧਾਈਆਂ ਭਾਜੀ ਨੂੰ ਵਧਾਈਆਂ ਵੀਰੇ ਹੋਰ ਠੀਕ ਠਾਕ ਨੰਦ ਮੰਗਲ ਵਾਹਿਗੁਰੂ ਜੀ ਖਾਲਸਾ ਠੀਕ ਠਾਕ ਵਧਾਈਆਂ ਬਹੁਤ ਵਧਾਈਆਂ ਵੀਰੇ ਬਹੁਤ ਹੈ ਤੁਹਾਨੂੰ ਜ਼ਿਆਦਾ ਵਧਾਈਆਂ ਵੀਰੇ ਸਾਰਿਆਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਦਰਸ਼ਨ ਕਰ ਰਹੇ ਹਾਂ ਜੀ ਸਾਊਥ ਹਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਹੋਇਆ ਸਾਊਥ ਹਾਲ ਦੀ ਅਤੇ ਲੰਡਨ ਦੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਜੀ ਸੰਗਤ ਨਾਲ ਰਲ ਮਿਲ ਕੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਨਾਨਕ ਰੋਡ ਤੋਂ ਚੱਲ ਕੇ ਪਹੁੰਚੇਗਾ ਜੀ ਪਾਰਕ ਐਵਨਿਊ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਹੁਤ ਚੜ੍ਹਦੀ ਕਲਾ 'ਚ ਸੰਗਤਾਂ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਸੱਜੇ ਖੱਬੇ ਔਰ ਨਗਾਰੇ ਦੀ ਸੇਵਾ ਨਗਰ ਕੀਰਤਨ ਬਹੁਤ ਆਨੰਦਮਈ ਆਪਣੇ ਡਿਸਪਲਿਨ ਵਿੱਚ ਚੱਲ ਰਿਹਾ ਜੀ ਸੋ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਵਾਹ ਖਾਲਸਾ ਵਾਹਿ ਫਤਿਹ ਵਧਾਈਆਂ ਗੁਰੂ ਜੀ ਵਧਾਈਆਂ ਵਧਾਈਆਂ ਵੀਰੇ ਵਾਹ ਖਾਲਸਾ ਵਾਹਿਗੁਰੂ ਵਧਾਈਆਂ ਜੀ ਨਗਰ ਕੀਰਤਨ ਹਾਂ ਸੰਗਤਾਂ ਆਪਣਾ ਸੇਵਾ ਹਰ ਤਰ੍ਹਾਂ ਦੀ ਤਰ੍ਹਾਂ ਝੱਕੜ ਜਾਂਗੀ ਮੀਂਹ ਵਰਸੇ ਪੀਗੁੜ ਦੇਖਣ ਜਾਈ ਗੁਰੂ ਸਾਹਿਬ ਇੰਨੀ ਕਿਰਪਾ ਹੈ ਕਿ ਮੀਂਹ ਵੀ ਪੈਂਦਾ ਸੋ ਮੌਸਮ ਦਾ ਕੋਈ ਪਰਵਾਹ ਨਹੀਂ ਕਰਦੇ ਨੰਨੇ ਮੁੰਨੇ ਬੱਚੇ ਲੱਗੇ ਹੋਏ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਾਰੇ ਦੀ ਸੇਵਾ ਚੱਲ ਰਹੀ ਵਧਾਈਆਂ ਬਹੁਤ ਬਹੁਤ ਵਾਹਿ ਖਾਲਸਾ ਵਾਹਿ ਫਤਿਹ ਠੀਕ ਹੋ ਸੰਗਤਾਂ ਕਿੰਨਾ ਉਤਸ਼ਾਹ ਹੁੰਦਾ ਜੀ ਹਰ ਸਾਲ ਜਦੋਂ ਵਿਸਾਖੀ ਹੋਵੇ ਜਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੋਵੇ ਸੰਗਤਾਂ ਇੱਦਾਂ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਨੇ ਵਾਹਿ ਖਾਲਸਾ ਵਾਹਿ ਫਤਿਹ ਵਧਾਈਆਂ ਬਹੁਤ ਬਹੁਤ ਵਾਹਿ ਖਾਲਸਾ ਵਾਹਿ ਫਤਿਹ ਵਧਾਈਆਂ ਬਹੁਤ ਬਹੁਤ ਸੰਗਤਾਂ ਨਾ ਵਾਹਿ ਖਾਲਸਾ ਵਾਹਿ ਫਤਿਹ ਬਹੁਤ ਬਹੁਤ ਵਧਾਈਆਂ ਨਗਰ ਕੀਰਤਨ ਦੇ ਬਦਲਦੇ ਹਾਂ ਖਾਲਸਾ ਵਾਹਿ ਫਤਿਹ ਵਾਹਿ ਵਾਹ ਸੋ ਦੇਖਿਆ ਜੀ ਸੰਗਤਾਂ ਹਰ ਸਾਲ ਦੀ ਤਰ੍ਹਾਂ ਆਪਣੀ ਆਪਣੀ ਡਿਊਟੀ 'ਤੇ ਡਟੇ ਹੋਏ ਨੇ ਬਹੁਤ ਕਿਰਪਾ ਜੀ ਮੌਸਮ ਥੋੜ੍ਹਾ ਜਿਹਾ ਖਰਾਬ ਹੈਗਾ ਲੱਗ ਰਿਹਾ ਜਿੱਦਾਂ ਮੀਂਹ ਆਉਣ ਵਾਲਾ ਪਰ ਗੁਰੂ ਸਾਹਿਬ ਦੀ ਕਿਰਪਾ ਰਹੂਗੀ ਆਇਆ ਵੀ ਤਾਂ ਕੋਈ ਨਹੀਂ ਸੰਗਤਾਂ ਨੇ ਆਪਣੇ ਜਿਹੜੀ ਸੇਵਾ ਹੈ ਜਾਰੀ ਰੱਖਣੀ ਹੈ ਵਾਹਿ ਖਾਲਸਾ ਫਤਿਹ ਵਧਾਈਆਂ ਵਧਾਈਆਂ ਬਹੁਤ ਬਹੁਤ ਨਗਰ ਕੀਰਤਨ ਦੀਆਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਵਾਹਿ ਖਾਲਸਾ ਫਤਿਹ ਠੀਕ ਹੈ ਠੀਕ ਠੀਕ ਬੇਟੇ ਬੱਚੇ ਆਏ ਦੇਖਿਆ ਜੀ ਬੱਚੇ ਉਹ ਆਪਣਾ ਗੁਰੂ ਨਾਨਕ ਸਾਹਿਬ ਦੇ ਪੂਰਾ ਉਤਸ਼ਾਹ ਹੈ ਜੀ ਸੋ ਬੱਲੇ ਕਿੱਦਾਂ ਠੀਕ ਹੋ ਵਧਾਈਆਂ ਬਹੁਤ ਬਹੁਤ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਸਾਰੇ ਨਗਰ ਕੀਰਤਨ ਦੀ ਜੋ ਦਰਸ਼ਨ ਕਰਾਏ ਜਾਣ ਕਿਤੇ ਕਿਤੇ ਕੀ ਹੋ ਰਿਹਾ ਸੰਗਤਾਂ ਆਪਣੇ ਕਰ ਰਹੀਆਂ ਜੀ ਖਾਲਸਾ ਇੱਧਰ ਵੀਰ ਜੀ ਹੋਣੀ ਲੱਗੇ ਆ ਖਾਲਸਾ ਫਤਿਹ ਵਧਾਈਆਂ ਵੀਰ ਜੀ ਬਹੁਤ ਬਹੁਤ ਪ੍ਰਬੰਧ ਜਿਹੜਾ ਜੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਅੱਛੇ ਤਰੀਕੇ ਨਾਲ ਕੀਤਾ ਜਾਂਦਾ ਕਿਉਂਕਿ ਨਗਰ ਕੀਰਤਨ ਅੱਜ ਦਾ ਨਹੀਂ ਬਹੁਤ ਪੁਰਾਣਾ ਨਗਰ ਕੀਰਤਨ ਚੱਲ ਰਿਹਾ ਇੱਧਰ ਆਪਣੇ ਬੀਬੀਆਂ ਸਫਾਈ ਦਾ ਪੂਰਾ ਖਿਆਲ ਰੱਖਦਾ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਸੇਵਾ ਕਰਦੇ ਹੋਏ ਵਾਹ ਜੀ ਵਾਹ ਦੇਖੋ ਜੀ ਨੰਨਾ ਮੰਨਾ ਬੱਚਾ ਸੇਵਾ ਕਰ ਰਿਹਾ ਆਪਣੇ ਪੇਰੈਂਟਸ ਨਾਲ ਸੁਭਾ ਨੰਨੇ ਪੇਰੈਂਟਸ ਜਿਹੜੇ ਬੱਚਿਆਂ ਨੂੰ ਇਸ ਵਜੇ ਮੌਕੇ 'ਚ ਲੈ ਕੇ ਆਉਂਦੇ ਨੇ ਸਾਹਮਣੇ ਇੱਕ ਨੰਨਾ ਮੁੰਨਾ ਬੱਚਾ ਉਹ ਬਹੁਤ ਵਧੀਆ ਜੀ ਸੇਵਾ ਸ਼ੁਰੂ ਹੋ ਚੁੱਕੀ ਹੈ ਸਫਾਈ
नगर निगम तो बाद भी इतने जी सड़कों से सफाई की जाती है लोकल अथॉरिटी वालों भी और अपने जो अपने गुरसिख वीर ने जो संगत ने क्योंकि अपने ट्रक ने सारे दे संगत आनंद मार रही जी चाह का लंगर और नाल जी छोले भटूरे हाँ जी सत श्रीकाल सत श्रीकाल सत श्रीकाल वाहेगुरु हाँ जी वाह जी वाह देखा जी तो बच्चे ऐसे ही लगन लगती है जो आप लैके आने गुरु साहब कृपा कर हाँ जी बधाई बहुत वीर जी और सेवा ली पूरी सेवा चल रही वाह जी वाह वाह जी वाह देखा जी ठंड में नंगे पैरी और गुरु साहब आप लेंदे सेवा हाँ खालसा वाह फतेह गोभी वीर जी बधाई बहुत बहुत और आनंद मंगल हाँ जी चलती गल तो वीर जी हाजरी लवा रहे ने अपने नगर कीर्तन हर साल की तरह खालसा वाह फतेह इस टाइम असं पहुँच गए जी किंग स्ट्रीट थोड़ा अगे आ गए हैं दी ग्रीन और कृपा ने वाह खालसा वाह फतेह जी चाह का लंगर जी वाह जी वाह वाह जी वो देखा जी तुसी गुरु घर कोई घाटा नहीं है और ब्रदर वीर जी वीर जी आपको मिलने जी बधाई बहुत बहुत नगर कीर्तन दी चढ़ती कला बधाई बहुत बहुत सिंह बहुत बहुत बधाई छकी जो छकी जो वाह खालसा वाह फतेह चढ़ती कला आनंद फतेह वाह खालसा वाह फतेह देखा जी ना नाल सेवा हो रही है ना छकिया जा रहा है जी ਦੀ ਕਿਰਪਾ ਜੀ ਦੇਖੋ ਆਨੰਦ ਵੀਰ ਜੀ ਹੁਣੀ ਸੇਵਾ ਕਰ ਰਹੇ ਨੇ ਆਪਣੇ ਉਹ ਗੁਰੂ ਸਾਹਿਬ ਦੀ ਕਿਰਪਾ ਜੀ ਨੰਗੇ ਪੈਰੀ ਸੇਵਾ ਹੋ ਰਹੀ ਜੀ हाँ जी भैन जी वाह खालसा वाह फतेह बधाई बहुत बहुत हाँ हाँ ठीक है तो भैन जी हम हर साल की तरह सेवा कर रहे हैं तो गुरु साहब कृपा कर जी जी नन्ने मुन्ने बच्चे सेवा च हिस्सा लेंदे हुए सो हर तरह की हर साल की तरह इस बार भी सेवा का डिसिप्लिन पूरा जी खालसा वाह फतेह सो अपने सिंह चढ़ती कला जी बधाइया बहुत बहुत नगर कीर्तन जी हाँ जी हाँ जी चलो माता जी हर साल की तरह सेवा करते हैं जी आनंद लेंदे हुए पूरा नगर कीर्तन का हाँ जी तो शब्द भी लगे जी मिट्टी धोते जाके चान हवा वाह खालसा वाह फतेह बधाइया वीर जी बहुत बहुत मुबारक नगर कीर्तन की वाह खालसा तो वीर जी काफ़ी दूरों आते हर साल सेवा हिस्सा लेंदे हैं I don't know.
ਵਧਾਈਆਂ ਬਹੁਤ ਬਹੁਤ ਓਏ ਹੋਏ ਵਾਹ ਜੀ ਖਾਲਸਾ ਬਤੇ ਹੋ ਚੰਨੀ ਬਾਜੀ ਕਿਦਾਂ ਤੁਹਾਨੂੰ ਵੀ ਚੜ੍ਹਦੀ ਕਲਾ ਮਾਰਕਾ ਹੋਣਾ ਆਨੰਦ ਤੁਹਾਨੂੰ ਬੜਾ ਸੋਹਣਾ ਤੁਸੀਂ ਇਸ ਸਾਲ ਵੀ ਬੜਾ ਸੋਹਣਾ ਉਪਰਾਲਾ ਕਰ ਰਹੇ ਹੋ ਨਹੀਂ ਜੀ ਮਹਾਰਾਜ ਆਪੇ ਉਦੋਂ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ਾਂ 'ਚ ਬੈਠ ਕੇ ਦਰਸ਼ਨਦਾਰ ਕਰਾਉਂਦੇ ਹੋ ਮਹਾਰਾਜ ਆਪੇ ਉਦੋਂ ਕਰਾਉਂਦੇ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਭਾਜੀ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ ਹਾਂਜੀ ਤੇ ਅਸੀਂ ਸਾਰੇ ਤੁਹਾਡੇ ਚੈਨਲ ਨੂੰ ਸਪੋਰਟ ਕਰਾਂਗੇ ਵਾਹਿਗੁਰੂ ਤੇ ਕਿਉਂਕਿ ਤੁਸੀਂ ਸਾਰਿਆਂ ਨੂੰ ਦਰਸ਼ਨ ਕਰਾ ਰਹੇ ਹੋ ਜੀ ਕਿਉਂਕਿ ਜਿਹੜੇ ਦੂਰੋਂ ਨੇੜੇ ਚੱਲ ਕੇ ਸੰਗਤ ਆਈ ਉਹ ਵੀ ਦਰਸ਼ਨ ਕਰ ਰਹੀ ਹੈ ਹਾਂਜੀ ਜਿਹੜੇ ਨਹੀਂ ਆ ਸਕਦੇ ਤੇ ਉਹਨਾਂ ਨੂੰ ਵੀ ਤੁਸੀਂ ਘਰ ਬੈਠੇ ਦਰਸ਼ਨ ਲਾਈਵ ਕਰਾ ਰਹੇ ਹੋ ਵਾਹਿਗੁਰੂ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਨੂੰ ਧੰਨਵਾਦ ਜੀ ਵਾਹਿਗੁਰੂ ਤੇ ਬਾਕੀ ਬਹੁਤ ਬਹੁਤ ਮੁਬਾਰਕਾਂ ਹੋਣ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਸੇਵਾ ਹੋ ਰਹੀ ਸਤਿਕਾਰ ਵਜੋਂ ਕਿਉਂਕਿ ਠੱਕ ਕਾਫੀ ਹੁੰਦੀ ਹੈ ਥੱਲੇ ਕਾਰਪੇਟ ਵਿਛਾਇਆ ਜਾਂਦਾ ਕਿਉਂਕਿ ਨੰਗੇ ਪੈਰ ਹੀ ਹੁੰਦੇ ਆ
क्या बात है, आनंद ले रहे हो, सलाह ले जांदे हो। अकाल साहब आपते बधाइयां बहुत बहुत, ठीक हो। अकाल साहब आपते चढ़ दी कला। अकाल साहब बलविंदर भाजी 8 साल की तरह अपनी सेवा निभाते हुए। अकाल साहब भाई फतेह बधाइयां बहुत बहुत। आप जी हाँ जी, वाहिगुरु जी का खालसा वाहिगुरु जी की फतेह। सारे खालसा पंथ को लख लख बधाइयां हो, दिवाली दियाँ बंदी छोड़ दियाँ, श्री गुरु नानक देव साहब जी के अवतार दिहाड़े दियाँ वाहेगुरु मेहर कर, खालसा पंथ दियाँ चढ़दियाँ कला कर, ते हर दीवान हर मैदान फतेह बख्शन। वाहेगुरु जी का खालसा वाहेगुरु जी की फतेह। ये सांझी पिंडर साहब सो जो वध चढ़ के हिस्सा लेंदे सेवा दे विच, उन्होंने कृपा की। खालसा कबीर जी हर साल की तरह अपनी सेवा निभाते हुए अपना यूथ। खालसा फतेह चढ़दी कला, चढ़दी कला जी का समूह गुरु संगत को श्री गुरु नानक देव जी महाराज के गुरपुरब दियां बहुत बहुत बधाइयां। वाहेगुरु जी का खालसा वाहेगुरु जी जी। अपनी संगत अपने सेवादार हर साल की तरह सेवा संभाली होंगी है, बहुत वही गल हों जी। उदम कढ़ के यहोजे प्रबंध करने महाराज आप उदम देंगे है, तो कृपा होंगी है। बहुत कृपा जी गुरु साहब जी। संगत अपना अपना फर्ज समझ आई पूरा डिसिप्लिन का ख्याल। सेवादारा की लोड अपने आप महाराज पूरी कर देंगे, क्योंकि गुरु साहब की कृपा नाल अंदर चाह हुंदा हर साल की तरह, और संगत अपने आप ही अपनी अपनी ड्यूटी पर लग जाते हैं। हाँ जी हाँ जी हाँ जी, मुबारक बहुत बधाई तुम नगर कीर्तन। सो देखिए जी उम्र का कोई नहीं जी, बुजुर्ग भी लगे सेवा कर, क्योंकि चाह इन्ना होंगे महाराज आपे कृपा कर देंगे। सो पूरी सफाई हो जाती है जी रोडों की, और बड़ी कृपा। ठंड होनी शुरू हो गई, हवा काफ़ी भाग रही है, और ठंडी हवा है बिल्कुल। हाँ जी हाँ खालसा भाई फतेह। और भाई साहब जी वो जी मुबारक बधाई बहुत बहुत। और नाल चाह का लंगर छकया जा रहा है, ठंड के मौसम नाल गर्मा गर्म चाह का लंगर। खालसा भाई फतेह, खालसा फतेह। देखा जी सेवा दे नाल नाल लाहा लिया जाता चाह का। रवि जी बधाई बहुत बहुत। सेवादार की कोई कमी नहीं जी। मन्ने बच्चे जी अपने सेवा हिस्सा लेंदे हुए।
संगत पालकी साहब की वेट करते हुए हैं। असी इस टाइम पहुँच गए साउथ हॉल स्टेशन के कोल, सामने स्टेशन है जी, और पुलिस प्रशासन अपनी सेवा निभाता हुआ, क्योंकि इतने इदा की कभी कोई गलबात होंगी नहीं है, क्योंकि महाराज की बड़ी कृपा से अपनी संगत है जो बहुत सुलझी हुई है। सिंह साहब लगे जी अपनी अपनी ड्यूटियां ते गुरु साहब की बहुत कृपा। सो गुरु साहब की कृपा न पूरा प्रबंध। बहुत मुबारक जी तुहानू जी, मुबारक आलू टिक्की दा लंगर जी संगत वालों। जगह जगह से लंगर लगा हुआ संगत के छोले भटूरे। और संगत पूरा आनंद मान दिया हुई ठीक ठाक है। और बधाइया बहुत बहुत नगर की कुछ नहीं भाई जी, धन्यवाद। तो वीर जी सेवा करते पे आनंद जी पूरी ट्रॉली भर लिया है। क्या बात है। बधाई
ਵਧਾਈਆਂ ਬਹੁਤ ਬਹੁਤ ਮੁਬਾਰਕਾਂ। ਸੋ ਭਾਜੀ ਹੁਣੀ ਆਨੰਦ ਮਾਣ ਰਹੇ, ਪੂਰਾ ਸੇਵਾ ਦਾ ਲਾਹਾ ਲੈ ਰਹੇ। ਵਾਹ ਜੀ ਵਾਹ ਵਾਹ। ਪਹੁੰਚੋ ਹੋਰ ਆਨੰਦ ਮਾਈ ਜੀ, ਕਿਰਪਾ ਜੀ ਆਪਣੇ ਆਪਣੀ ਡਿਊਟੀ ਨਿਭਾ ਰਹੇ ਆਪਣੇ ਸਾਰੇ ਸੇਵਾ ਦਾ। ਸਿੰਘ ਸਾਹਿਬ ਜੀ ਤਿਆਰ ਪਰ ਤਿਆਰ। ਇਹ ਸਾਰੀਆਂ ਸੰਗਤਾਂ ਜੀ ਪਾਲਕੀ ਸਾਹਿਬ ਦੀ ਇੰਤਜ਼ਾਰ ਵਿੱਚ ਖੜ੍ਹੀਆਂ ਹੋਈਆਂ ਨੇ। ਜਿਸ ਤਰ੍ਹਾਂ ਪਾਲਕੀ ਸਾਹਿਬ ਆਊਗੀ ਫਿਰ ਨਮਸਕਾਰ ਕਰਨਗੇ। ਔਰ ਆਪਣੇ ਸੇਵਾਦਾਰ ਆਨੰਦ ਵਾਹ ਖਾਲਸਾ ਵਾਹ ਆਨੰਦ। ਅਸੀਂ ਪਹੁੰਚ ਗਏ ਜੀ ਇਸ ਟਾਈਮ ਸੋਤੋ ਸਟੇਸ਼ਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ। ਨਗਾਰੇ ਦੀ ਸੇਵਾ ਹੁੰਦੀ ਹੋਈ ਪਾਲਕੀ ਸਾਹਿਬ ਪਿੱਛੇ। ਇੱਧਰ ਆ ਜੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵਨਿਊ। ਬੱਚਿਆਂ ਵਾਸਤੇ ਜੀ ਖੇਡਾਂ ਉਹ ਲੰਗਰ ਦੀ ਸੇਵਾ ਹੋਈ ਹੈ ਜੀ ਇੱਧਰ। ਹਾਂ ਖਾਲਸਾ ਵਾਹਿ ਫਤਿਹ। ਹਾਂਜੀ ਹਾਂਜੀ ਠੀਕ ਹੋ, ਸੇਵਾ ਹੋ ਰਹੀ। ਲਓ ਜੀ ਨੰਨੇ ਮੁੰਨੇ ਬੱਚੇ ਸੇਵਾ ਕਰ ਆਪਣੇ। ਹਾਂਜੀ ਹਾਂਜੀ ਅੱਛਾ ਦੇਖੀ ਸੀਗੀ। ਸੋ ਵੀਰ ਜੀ ਹੋਣੀ ਵਧਾਈਆਂ ਬਹੁਤ ਬਹੁਤ ਵੀਰ ਜੀ। ਸੋ ਸੇਵਾ 'ਚ ਹਿੱਸਾ ਲੈਂਦੇ ਚਾਹ ਦਾ ਲੰਗਰ ਨਾਲ ਗੁਲਾਬ ਜਾਮੁਨ ਜੀ ਗਰਮਾ ਗਰਮ। ਥੈਂਕ ਯੂ ਭੈਣ ਜੀ, ਬਹੁਤ ਵਧੀਆ ਉਪਰਾਲਾ ਕਰਦੇ ਹੋ, ਬੱਚਿਆਂ ਨੂੰ ਲੈ ਕੇ ਆਉਂਦੇ ਹੋ। ਸੋ ਵਧਾਈਆਂ ਬਹੁਤ ਬਹੁਤ ਨਗਰ ਕੀਰਤਨ ਦੀਆਂ। ਹਾਂਜੀ ਹਾਂਜੀ ਤੰਗ ਤਾਂ ਆਨੰਦ ਮਾਰੀਆ ਜੀ ਭੈਣ ਜੀ ਹੋਣੀ ਭਾਅ ਜੀ ਹੋਣੀ ਬਹੁਤ ਬਹੁਤ ਵਧਾਈਆਂ ਭਾਅ ਜੀ ਨਗਰ ਕੀਰਤਨ ਦੀਆਂ। ਸੇਵਾ ਨਿਭਾਉਂਦੇ ਹੋ। ਵਾਹਿ ਖਾਲਸਾ ਵਾਹਿ ਫਤਿਹ। ਮੁਬਾਰਕਾਂ ਬਹੁਤ ਵਧਾਈਆਂ ਤੁਹਾਨੂੰ। ਹਾਂਜੀ ਹਾਂਜੀ ਤੁਹਾਨੂੰ ਵੀ ਵਧਾਈਆਂ। ਹਾਂਜੀ ਕੀ ਖਾ ਰਿਹਾ ਕੀ ਕਰ ਰਿਹਾ ਦੇਖੋ ਜੀ। ਸੋ ਬੱਚੇ ਆਪਣੀ ਹਾਜ਼ਰੀ ਲਵਾਉਂਦੇ ਹੋਏ। ਗੁਰਨਿਵਾਸ ਸਿੰਘ ਜੀ ਹਾਂ ਮੈਂ ਨਹੀਂ ਚੱਕਣਾ, ਆਪਣੀ ਹਾਜ਼ਰੀ ਲਵਾ ਰਿਹਾ ਜੀ, ਪੂਰੀ ਆਨੰਦ ਲੈ ਰਿਹਾ ਪੂਰਾ। ਵਾਹ ਖਾਲਸਾ ਵਾਹਿ ਫਤਿਹ। ਮੁਬਾਰਕਾਂ ਬਹੁਤ ਬਹੁਤ ਧੰਨਵਾਦ। ਹਾਂਜੀ ਸੋ ਵੀਰ ਜੀ ਠੀਕ ਹੈ? ਹਾਂਜੀ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਭਾਅ ਜੀ। ਵਾਹਿ ਖਾਲਸਾ ਵਾਹਿ ਖਾਲਸਾ ਫਤਿਹ। ਮੁਬਾਰਕਾਂ ਹੈ, ਲੈ ਜਾਂਦੇ ਸੇਵਾ ਬਹੁਤ ਵਧੀਆ। ਹਾਂ ਦੋ ਤਾਂ ਲੰਗਰ ਚੱਲਦਾ ਹੋਇਆ ਜੀ। ਵਧਾਈਆਂ ਜੀ ਨਗਰ ਕੀਰਤਨ ਦੀਆਂ ਬਹੁਤ। ਵਧਾਈਆਂ ਗੁਰਦਿਆਲ ਸਿੰਘ ਬਹੁਤ ਬਹੁਤ ਨਗਰ ਕੀਰਤਨ ਦੀਆਂ। ਵੀਰ ਜੀ ਤੁਹਾਨੂੰ ਵੀ ਹਾਂਜੀ ਵੀਰ ਜੀ ਮੁਬਾਰਕਾਂ ਵਧਾਈਆਂ ਬਹੁਤ ਬਹੁਤ। ਹੋਰ ਠੀਕ ਹੋ? ਬੱਚੇ ਕਿੱਦਾਂ ਵੱਡੇ ਹੋ ਗਏ? ਅੱਛਾ ਯੂਨੀ ਚੱਲ ਗਿਆ। ਹਾਂਜੀ ਹਾਂਜੀ ਜਿੱਤੇ ਕਿੱਦਾਂ ਜਿੱਤੇ? ਵਧਾਈਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ। ਸੋ ਆਪਣੇ ਵੀਰਾਂ ਨੂੰ ਲੰਗਰ ਲਾਇਆ ਹੋਇਆ ਜੀ ਬਹੁਤ। ਵਾਹਿ ਖਾਲਸਾ ਵਾਹਿ ਫਤਿਹ। ਬਹੁਤ ਚੜ੍ਹਦੀ ਕਲਾ 'ਚ ਲੰਗਰ ਚੱਲ ਰਿਹਾ ਜੀ ਇੱਧਰ। ਵਾਹਿ ਖਾਲਸਾ ਵਾਹਿ ਫਤਿਹ। ਅਮਨ ਸਿੰਘ ਕੀ ਹਾਲ ਏ? ਵਧਾਈਆਂ ਬਹੁਤ ਬਹੁਤ ਮੁਬਾਰਕਾਂ। ਹਾਂਜੀ ਭੈਣ ਜੀ ਵਧਾਈਆਂ ਬਹੁਤ ਬਹੁਤ।
ਸੁੱਤਾ ਅੱਛਾ 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 ਦੇਖੋ ਜੀ ਨੰਨੇ ਮੁੰਨੇ ਬੱਚੇ ਆਪਣੀ ਹਾਜ਼ਰੀ ਲਵਾ ਰਹੇ ਆ ਬਹੁਤ ਗੁਰੂ ਸਾਹਿਬ ਕਿਰਪਾ ਕਰਨ ਨਾਲ ਭਾਜੀ ਅੱਛਾ 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 ਆਉਂਦਾ ਜੀ ਹਨੇਰਾ ਬਣਾ ਸ਼ੁਰੂ ਹੋ ਗਿਆ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਮੌਸਮ ਠੀਕ ਰਹੂਗਾ ਔਰ ਨਗਰ ਕੀਰਤਨ ਦੀ ਸਮਾਪਤੀ ਬੜੇ ਆਨੰਦਮਈ ਹੋਊਗੀ ਜਗ੍ਹਾ ਜਗ੍ਹਾ 'ਤੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਸੰਗਤਾਂ ਪਾਲਕੀ ਸਾਹਿਬ ਨੂੰ ਰੋਕ ਲੈਂਦੀਆਂ ਕੋਈ ਆਪਣੇ ਮਾਲਾ ਸਾਹਿਬ ਭੇਟ ਕਰਦੇ ਆ ਇਸ ਕਰਕੇ ਫਿਰ ਥੋੜ੍ਹਾ ਟਾਈਮ ਲੱਗ ਜਾਂਦਾ ਵਾਹ ਖਾਲਸਾ ਵਾਹ ਫਤਿਹ ਵੀਰ ਜੀ ਹੋਣੀ ਵਾਹ ਜੀ ਵਾਹ ਵੀਰ ਜੀ ਹੋਣੀ ਭਾਜੀ ਹੋਣੀ ਪੂਰਾ ਆਨੰਦ ਮਾਣ ਰਹੇ ਸੇਵਾ ਦਾ ਆਨੰਦ ਲੈ ਰਹੇ ਪੂਰਾ ਇਸ ਟਾਈਮ ਅਸੀਂ ਸਾਊਥ ਰੋਡ 'ਤੇ ਹਾਂ ਸਾਊਥ ਰੋਡ ਤੋਂ ਗੁਰਦੁਆਰਾ ਸਾਹਿਬ ਪਹੁੰਚਣ ਨੂੰ 3 ਘੰਟੇ ਲੱਗਣਗੇ ਹਾਂਜੀ ਹਾਂ ਯਾਦ ਆ ਹਾਂ ਕਿੱਦਾਂ ਠੀਕ ਹੋ ਠੀਕ ਹੋ ਹਾਂ ਸੋ ਨੰਨੇ ਮੁੰਨੇ ਬੱਚੇ ਆਪਣੀ ਹਾਜ਼ਰੀ ਲਵਾਉਂਦੇ ਹੋਏ ਬਹੁਤ ਵਧੀਆ ਜੀ ਗੁਰੂ ਸਾਹਿਬ ਇਹਨਾਂ ਨੂੰ ਕਿਰਪਾ ਕਰਨ ਇਹਨਾਂ ਦੇ ਝੋਲੀਆਂ ਭਰਨ ਔਰ ਹਰ ਮਨੋਕਾਮਨਾ ਪੂਰੀ ਹੋਵੇ ਜੀ ਸੇਵਾਦਾਰ ਪੱਕੇ ਜੀ ਆਪਣੇ ਮੁਬਾਰਕਾਂ ਬਹੁਤ ਬਹੁਤ ਵਧਾਈ ਖਾਲਸਾ ਵਾਹਿਗੁਰੂ ਫਤਿਹ ਮਹਾਰਾਜ ਕਿਰਪਾ ਕਰੇ ਲਓ ਜੀ ਪ੍ਰਬੰਧ ਪੂਰਾ ਜੀ ਭਾਈ ਸਾਹਿਬ ਜੀ ਹੋਣੀ ਹਰ ਸਾਲ ਦੀ ਤਰ੍ਹਾਂ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਨਗਰ ਕੀਰਤਨ ਦੀਆਂ ਸੋ ਹਰ ਸਾਲ ਦੀ ਤਰ੍ਹਾਂ ਸੇਵਾ ਲੱਗੀ ਹੋਈ ਆ ਹਾਂਜੀ ਹਾਂਜੀ ਵਾਹ ਖਾਲਸਾ ਵਾਹਿਗੁਰੂ ਫਤਿਹ ਵਧਾਈਆਂ ਸੰਗਤਾਂ ਨੂੰ ਸਾਰਿਆਂ ਨੂੰ ਹੋਰ ਛਕਿਆ ਕੁਛ ਛਕਿਆ ਲੱਗਦਾ ਪਿਆ ਛਕਿਆ ਹੋਰ ਵੀਰ ਜੀ ਹਾਂਜੀ ਵੀਰ ਜੀ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹੋਰ ਚੜ੍ਹਦੀ ਕਲਾ ਹਾਂ ਆਈ ਹੈ ਕੁੜੀ ਆਈ ਹੈ ਹਾਂਜੀ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਸੋ ਬਹੁਤ ਕਿਰਪਾ ਜੀ ਆਪਣੇ ਜੋ ਆਪਣੇ ਵੀਰ ਨੌਜਵਾਨ ਵੀਰ ਨੇ ਜੋ ਆਪਣੇ ਵੀਰ ਗੁਰਦਿਆਲ ਸਿੰਘ ਜੀ ਆਪਣੇ ਨੌਜਵਾਨ ਵੀਰ ਨੇ ਸਾਰੇ ਕਿਉਂਕਿ ਇਹਨਾਂ ਤੋਂ ਬਿਨਾਂ ਸੇਵਾ ਅਧੂਰੀ ਹੁੰਦੀ ਹੈ ਕਿਉਂਕਿ ਪ੍ਰਬੰਧ ਸਾਹਮਣੇ ਬੜੇ ਮੁਸ਼ਕਿਲ ਹੁੰਦੇ ਆ ਰਾਤ ਦੇ 2-2, 3-3 ਵੱਜ ਜਾਂਦੇ ਆ ਬਹੁਤ ਧੰਨਵਾਦ ਚੰਨੀ ਭਾਅ ਜੀ ਦੀਪ ਭਾਅ ਜੀ ਮਾਨ ਭਾਅ ਜੀ ਗੁਰਦਿਆਲ ਭਾਅ ਜੀ ਸਾਰੇ ਆਪਣੇ ਵੀਰ ਔਰ ਇੱਧਰ ਆਪਣੇ ਵੀਰ ਜੋ ਸੇਵਾ ਸਾਂਭੀ ਹੋਈ ਹੈ ਸਫਾਈ ਵਾਸਤੇ ਸ਼ਾਬਾਸ਼ ਸ਼ਾਬਾਸ਼ ਔਰ ਆਨੰਦ ਵਾਹਿ ਖਾਲਸਾ ਫਤਿਹ ਖਾਲਸਾ ਵਾਹਿ ਫਤਿਹ ਮੁਬਾਰਕਾਂ ਬਹੁਤ ਭੈਣ ਜੀ ਖਾਲਸਾ ਵਾਹਿ ਫਤਿਹ ਹੈ ਵਾਹਿ ਖਾਲਸਾ ਭੈਣ ਜੀ ਠੀਕ ਹੋ ਮੁਬਾਰਕਾਂ ਆਨੰਦ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਵੀਰ ਜੀ ਹੋਣੀ ਵਾਹਿ ਖਾਲਸਾ ਵਾਹਿ ਫਤਿਹ ਆਨੰਦ ਲੈ ਰਹੇ ਹੋ ਐਨ ਕਿਰਪਾ ਜੀ ਕਿਰਪਾ ਕੀਤਾ ਜੀ ਨਗਰ ਕੀਰਤਨ ਇਸ ਟਾਈਮ ਪਹੁੰਚ ਗਿਆ ਜੀ ਸਾਊਥ ਹਾਲ ਹਾਈ ਸਟਰੀਟ ਟਾਊਨ ਹਾਲ ਇੱਥੇ ਗਤਕੇ ਦੇ ਜ਼ੋਰ ਦਿਖਾਏ ਜਾਣਗੇ
दर्शन किए जी तुम गतके जोर दिखाए अकाल सहाय अकाल सहाय वीकली क्लासिस नाले तुम इंफॉर्मेशन दें गुरद्वारा श्री गुरु सिंह सभा गुरु नानक रोड साउथ हॉल कीर्तन क्लासिस ट्यूजडे वैडनसडे और फ्राइडे है जी पंजाबी एंड संथ्या क्लास और गतका क्लास हैगी संडे 10:45 तो 1 PM कीर्तन क्लासिस है ट्यूजडे और वैडनसडे हैगी दस्तार क्लास पंजाबी एंड संथ्या क्लास हैगी फ्राइडे और गतका क्लास हैगी संडे। सो यह जी लाहा लो तुसी भी शाम दे 4:15 हो गया और पहुंच गए जी पुलिस स्टेशन दे कोल। वाहिगुरु जी का खालसा वाहिगुरु जी की फतेह जी। दसन गए भी क्लासा बारे और कितना टाइमिंग की हैगी जां की दिन की बच्चों की सिक्ख्या दी जाती है ये जी अपने वैसे गतके अखाड़े का नाम हैगा अकाल सहाय साउथ हॉल गतका अखाड़ा ये अपने जोड़े बच्चे आते जोड़े अखाड़े आते क्लासा के भी आते सो जो कि पंजाबी क्लासा गुरु नानक रोड गुरु घर वड्डे सिंह सभा गुरु घर विखे जो कि फ्राइडे तो एवरी सैटरडे होंदिया जिन्हों की टाइमिंग 6:30 to 8:30 के बीच है तो तकरीबन 500-600 बच्चा है। महाराज की कृपा ना सारी निष्काम सेवा निभाई जाती है सारे ही सेवादार जितने भी हैं अपना दसवंध कढ़ के जो भी जरूरत मुताबक ज चीज़ा कॉपियां किताबा या जो भी शास्त्र विद्यालय शास्त्र चाहिए हैं वो अपने दसवंध विच्चों सारे सेवा करते हैं तो बाकी महाराज की बहुत कृपा है कि महाराज साढ़े तो ये सारे तो वड्डी सेवा लै रहे हैं इस तरह महाराज अपनी कृपा बनाई रखन सेवा साडे तो लैंदे रहन जी। वाहिगुरु जी का खालसा वाहिगुरु जी की धन्यवाद वीर जी बहुत बहुत खालसा वाहिगुरु जी की फतेह। बहुत बहुत धन्यवाद सबना का ही गुरु नानक देव साहब जी का धन गुरु नानक प्रगटिया मिट्टी धुंध जग चानण होवा सच्चे पातशाह गुरु नानक देव जी ने जो संदेश अपना संसार की लुकाई नूं भलाई वास्ते दिता वो अज समुचे 170 देशों के पहुँच चुका है। हुण गुरु नानक देव साहब जी की बड़ी बख्शिश है। अज साउथ हॉल च भी देखो गुरु नानक देव साहब जी का 155वां जन्मदिन मनाया जा रहा प्रकाश पुरब मनाया जा रहा है तो हजारा नहीं लखा की तादाद संगत जड़िया ने इतने पहुंचिया ने लंगर लगे हुए है जयकारे छड़े जा रहे हैं गतके हो रहे हैं नगारे बज रहे हैं और शब्द कीर्तन का प्रसाद संगतों को मिल रहा लंगर लगे ने तो आप सबना गुरु नानक देव साहब जी के गुरपुरब दिया बहुत बहुत मुबारक सब चढ़ती कला च रहो गुरु साहब जी दख्शिशा बनिया रहन वाहगुरु जी का खालसा वाहगुरु जी की फतेह। सो गुरु साहब की कृपा ना जी नगर कीर्तन पहुँच चुका जी हाई स्ट्रीट इस टाइम और इतों लगता 2.5-3 घंटे होर लग जाएंगे। हाँ जी तो 2.5-3 घंटे लग जाएंगे सानू श्री गुरु सिंह सभा गुरद्वारा पार्क अपनी पहुँचा पहुँचा प्रीत भाजी चढ़ती कला जाना चढ़ती कला बहुत संगत वाहगुरु जी की फतेह शाबाश देखा जी नन्हे मुन्ने बच्चे गुरु साहब की कृपा नाल आनंद ले रहे सत श्री अकाल सत श्री अकाल। पालकी साहब आ गई है उत्साह है जी बच्चों नूं सत श्री अकाल। टाइम हो गया जी 4:30 शाम दे और संगत तो वादा होंदा आया और बड़ी गुरु साहब की कृपा जी पालकी साहब जी है वो हाई स्ट्रीट ते पहुंच गई है सा।
ਵਾਹਿਗੁਰੂ ਜੀ ਕੀ ਫਤਿਹ, ਵਾਹਿ ਖਾਲਸਾ ਵਾਹਿ ਫਤਿਹ, ਵਾਹਿ ਖਾਲਸਾ ਫਤਿਹ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਆਨੰਦ ਮਾਰ ਰਹੀਆਂ। ਕਾਫੀ ਸੰਗਤ ਭਾਜੀ ਕੋਈ ਛਕਿਆ ਵੀ ਕਿ ਨਹੀਂ ਛਕ ਲਿਆ ਭਾਜੀ ਹੁਣੀ ਸੇਵਾ ਕਰਦੇ ਹੋਏ ਗੁਰੂ ਸਾਹਿਬ ਕਿਰਪਾ ਕਰਨ ਜੀ ਨਾਲ ਮੇਰੇ ਪਰ ਹੱਥ ਰੱਖਣ ਇਹਨਾਂ ਨੂੰ। ਆਜੋ ਜੀ ਆਜੋ, ਰਾਜਮਾ ਚਾਵਲ ਲਓ ਜੀ ਲਓ। ਰਾਜਮਾ ਚਾਵਲ ਜੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਜੀ। ਵਾਹਿਗੁਰੂ ਵਾਹਿ ਖਾਲਸਾ ਵਾਹਿ ਫਤਿਹ ਜੀ। ਵਧਾਈਆਂ ਬਹੁਤ ਬਹੁਤ ਜੀ ਨਗਰ ਕੀਰਤਨ ਦੀਆਂ। ਇੱਧਰ ਜੀ ਨੰਨੇ ਮੁੰਨੇ ਬੱਚੇ ਬਹੁਤ ਵਧੀਆ ਜੀ ਤੁਸੀਂ ਲੈ ਕੇ ਆਏ ਇੱਦਾਂ ਦੇ ਪ੍ਰੋਗਰਾਮ ਬੱਚਿਆਂ ਨੂੰ। ਹਾਂਜੀ 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 ਲਓ ਜੀ ਦੱਸ ਬਹੁਤ ਬਹੁਤ ਮੁਬਾਰਕਾਂ ਭਾਅ ਜੀ ਬਹੁਤ ਬਹੁਤ। ਲਓ ਜੀ ਸਿੰਘ ਸਾਹਿਬ ਫੜੇ ਗਏ ਆ ਬੜੇ ਜੀ ਸੇਵਾ ਹੋ ਰਹੀ ਹੈ ਹਲੇ ਚਾਰ ਪਹਿਲਾਂ ਲੈ ਗਿਆ। ਅੱਛਾ ਅੱਛਾ ਸੇਵਾ ਹੋ ਰਹੀ ਹੈ ਸ਼ਾਬਾਸ਼ ਤੋ ਸੇਵਾਦਾਰ ਨਹੀਂ ਬਸ ਮੈਂ ਨਹੀਂ ਛਕ ਜ਼ਰੂਰੀ ਹੈ ਜੀ ਨਾਲ ਨਾਲ ਪੇਟ ਪੂਜਾ ਵੀ ਤੋ ਬੜੀ ਕਿਰਪਾ ਜੀ। ਲਓ ਵੀਰ ਜੀ ਬਹੁਤ ਮੁਬਾਰਕਾਂ ਤੁਹਾਨੂੰ ਵੀਰ ਜੀ। ਹਾਂਜੀ ਹਾਂਜੀ ਤੇ ਤੁਸੀਂ ਚੱਲ ਕੇ ਆਇਓ। ਹਾਂਜੀ 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 ਹਾਂ ਨਹੀਂ ਸੋ ਤੁਹਾਡਾ ਨਗਰ ਕੀਰਤਨ ਸੰਗਤ ਬਹੁਤ ਹੁੰਦੀ ਹੈ। ਬਹੁਤ ਵਧੀਆ ਜੀ ਉਪਰਾਲਾ ਵਾਹਿ ਖਾਲਸਾ ਅਤੇ ਵੀਰ ਜੀ ਗੜਚੜ ਦੀ ਕਲਾ ਵਧਾਈਆਂ ਭਾਅ ਜੀ ਬਹੁਤ ਬਹੁਤ। ਹਾਂਜੀ ਸੋ ਸਾਲ ਵੀਰ ਜੀ ਹੁਣੀ ਲੰਗਰ ਲਾਉਂਦੇ ਆ ਇੱਥੇ ਔਰ ਨਾਲ ਚਾਹ ਦਾ ਲੰਗਰ ਖੀਰ ਦਾ ਲੰਗਰ ਹੈ ਜੀ ਔਰ ਨਾਲ ਬ੍ਰੈਡ ਪਕੌੜੇ ਬੱਚੇ ਪੂਰਾ ਆਨੰਦ ਮਾਣਦੇ ਹੋਏ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਹਾਂਜੀ ਬਹੁਤ ਮੁਬਾਰਕਾਂ ਵੀਰ ਜੀ ਸੇਵਾ ਨਿਰੰਤਰ ਚੱਲ ਰਹੀ ਹੈ ਸੇਵਾ 'ਚ ਉਸ ਤਰ੍ਹਾਂ ਹੀ ਕੋਈ ਫਰਕ ਨਹੀਂ। ਸੋ ਕਾਫੀ ਸੰਗਤਾਂ ਜੀ ਜੋ ਪਿੱਛੇ ਵੀ ਨੇ ਹੈਗੇ ਔਰ ਅੱਗੇ ਵੀ ਨੇ ਪਾਲਕੀ ਸਾਹਿਬ ਤੋਂ ਅੱਗੇ ਵੀ ਬਹੁਤ ਸੰਗਤ ਹੈ ਜਿਹੜੀ ਵੇਟ ਕਰ ਰਹੀ ਹੈ ਸਾਰੀ ਸੰਗਤਾਂ ਨੇ ਦਰਸ਼ਨ ਕਰਨੇ ਆ ਹਾਲੇ ਜਿਹੜੀ ਸੰਗਤ ਖੜੀ ਹੋਈ ਹੈ। ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। ਸੋ ਇਹ ਸਾਰੀ ਸੰਗਤ ਹੈ ਜੀ ਜੋ ਪਾਲਕੀ ਸਾਹਿਬ ਦੀ ਵੇਟ ਕਰ ਰਹੀ ਹੈ ਇੰਤਜ਼ਾਰ ਵਿੱਚ ਔਰ ਭਾਅ ਜੀ ਸਪੈਸ਼ਲ ਮੰਗਾਇਆ ਲੱਗਦਾ ਸ਼ੋਲ ਊੜਾ ਡਾ ਹੈਨਾ ਪੰਜਾਬ ਤੋਂ। ਅੱਛਾ 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 ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਭਾਅ ਜੀ ਤੁਹਾਨੂੰ। ਓਕੇ ਵੀਰ ਜੀ ਸੋ ਨੌਜਵਾਨ ਵੀਰ ਆਪਣੇ ਸਾਰੇ ਸਾਹ ਵਾਹਿ ਫਤਿਹ। ਪਾਲਕੀ ਸਾਹਿਬ ਆਉਂਦੀ ਹੋਈ ਹੈ ਉਹ ਸਾਰੀ ਸੰਗਤ ਜਿਹੜੀ ਹੈ ਬਹੁਤ ਸਾਈਡ ਦੋਨਾਂ ਸਾਈਡ 'ਤੇ ਖੜ੍ਹੀ ਹੋਈ ਆ ਪਾਲਕੀ ਸਾਹਿਬ ਦੀ ਇੰਤਜ਼ਾਰ ਵਿੱਚ। ਸਾਰੀ ਸੇਵਾ ਭੈਣ ਜੀ ਹੁਣੀ ਲੈ ਗਏ ਸਾਰੀ ਸੇਵਾ ਤੁਸੀਂ ਲੈ ਗਏ ਹੋ। ਇਸ ਟਾਈਮ ਅਸੀਂ ਜੀ ਸਾਊਥ ਹਾਲ ਪਾਰਕ ਲੰਘ ਰਹੇ ਹਾਂ ਔਰ ਸੰਗਤਾਂ ਦਾ ਇਕੱਠ ਸੱਜੇ ਖੱਬੇ ਸੰਗਤਾਂ ਇੰਤਜ਼ਾਰ ਕਰ ਰਹੀਆਂ ਕਿਉਂਕਿ ਕਾਫੀ ਸੰਗਤ ਪਿੱਛੇ ਵੀ ਹੈ ਅਤੇ ਸੰਗਤ ਪਾਲਕੀ ਸਾਹਿਬ ਤੋਂ ਪਿੱਛੇ ਵੀ ਹੈ ਸੰਗਤ ਪਾਲਕੀ ਸਾਹਿਬ ਤੋਂ ਅੱਗੇ ਵੀ ਹੈ। ਛੋਟੇ ਛੋਟੇ ਬੱਚੇ ਇੰਤਜ਼ਾਰ ਕਰ ਰਹੇ ਆ ਪਾਲਕੀ ਦੇ ਪੁੱਛੇ ਗਏ
ਬਹੁਤ ਗੁਰੂ ਸਾਹਿਬ ਦੀ ਕਿਰਪਾ ਜੀ ਸੰਗਤਾਂ ਅਸੀਂ ਇੱਥੋਂ ਹੁਣ ਗ੍ਰੀਨ ਡਰਾਈਵ ਨੂੰ ਰਾਈਟ ਟਰਨ ਕਰਾਂਗੇ ਸਾਊਥ ਹਲ ਪਾਰਕ ਦੇ ਨਾਲ ਔਰ ਟਾਈਮ ਹੋ ਗਿਆ 5:30 ਦਾ ਨਗਰ ਕੀਰਤਨ ਜੋ ਪਹੁੰਚ ਚੁੱਕਾ ਗ੍ਰੀਨ ਡਰਾਈਵ ਇੱਥੋਂ ਰਾਈਟ ਫਿਰ ਪਾਰਕ ਐਵਨਿਊ ਔਰ ਉਸ ਤੋਂ ਬਾਅਦ ਫਿਰ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਵਨਿਊ ਡਬਲ ਰੋਡ ਹੈਗਾ ਸੋ ਦੋਨੋਂ ਰਸਤੇ ਬੰਦ ਹੋਏ ਆ ਜਗ੍ਹਾ ਜਗ੍ਹਾ 'ਤੇ ਲੰਗਰ ਲੱਗੇ ਹੋਏ ਸੱਜੇ ਖੱਬੇ ਔਰ ਬਹੁਤ ਆਨੰਦਮਈ ਨਗਰ ਕੀਰਤਨ ਦੀ ਸਮਾਪਤੀ ਹੋਣ ਜਾ ਰਹੀ ਹੈ ਅਸੀਂ ਟਰਨ ਕਰ ਗਏ ਜੀ ਗ੍ਰੀਨ ਡਰਾਈਵ ਤੋਂ ਆਪਾਂ ਹੁਣ ਅੱਗੇ ਜਾ ਕੇ ਰਾਈਡ ਕਰਾਂਗੇ ਫਿਰ ਪਾਰਕ ਐਵਨਿਊ ਪਹੁੰਚ ਜਾਵਾਂਗੇ ਆਪਾਂ ਔਰ 6:30 ਤੱਕ ਸਮਾਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਜਾਏਗੀ ਔਰ ਸੇਵਾ ਨਿਰੰਤਰ ਚੱਲ ਰਹੀ ਜੀ ਹੋਏ ਦੀ ਰਾਤ ਦਾ ਨਜ਼ਾਰਾ ਗ੍ਰੀਨ ਡਰਾਈਵ ਮੁੜਦਾ ਹੋਇਆ ਪਾਲਕੀ ਸਾਹਿਬ ਇੱਥੋਂ ਤਕਰੀਬਨ ਸਾਨੂੰ ਹੁਣ 1/2 ਘੰਟਾ ਜਾਂ 35 ਮਿੰਟ 'ਚ ਸਮਾਪਤੀ ਹੋ ਜਾਏਗੀ ਅਸੀਂ ਲੰਘ ਰਹੇ ਜੀ ਇਸ ਟਾਈਮ ਗ੍ਰੀਨ ਡਰਾਈਵ ਬਹੁਤ ਆਨੰਦਮਈ ਉਹ ਜੀ ਥੈਂਕ ਯੂ ਭਾਜੀ ਗਰਮਾ ਗਰਮ ਦੁੱਧ ਸ਼ਾਮ ਦਾ ਟਾਈਮ ਔਰ ਲੰਗਰਾਂ 'ਚ ਗੁਰੂ ਸਾਹਿਬ ਦੇ ਥੈਂਕ ਯੂ ਲਓ ਜੀ ਲਓ ਜੀ ਬਹੁਤ ਛਕ ਲਿਆ ਜੀ ਪਿੱਛੇ ਛਕ ਲਿਆ ਬਹੁਤ ਥੈਂਕ ਯੂ ਵੀਰ ਥੈਂਕ ਯੂ ਦੋ ਤਾਂ ਲੰਗਰ ਸ਼ਾਮ ਦੇ ਟਾਈਮ ਗਰਮਾ ਗਰਮ ਸਿਕਿਉਰਿਟੀ ਵਾਲੇ ਵੀਰ ਆਪਣੇ ਜੋ ਦੋ ਤਾਂ ਲੰਗਰ ਛਕਦੇ ਹੋਏ ਜੀ ਬਹੁਤ ਵਧੀਆ ਡਿਊਟੀ ਨਿਭਾਈ ਬਹੁਤ ਕਿਰਪਾ ਸੀਗੀ ਲਓ ਜੀ ਵਾਹਿਗੁਰੂ ਜੀ ਸੁਖਬੀਰ ਜੀ ਹੋਣੇ ਵੱਲੋਂ ਲਓ ਜੀ ਲਓ ਜੀ ਦੁੱਧ ਵਾਹਿਗੁਰੂ ਦੁੱਧ ਲਓ ਜੀ ਲਓ ਜੀ ਨਾਲ ਕੜੀ ਪ੍ਰਸ਼ਾਦਾ ਹਾਂਜੀ ਹਾਂਜੀ ਚਾਹ ਦਾ ਲੰਗਰ ਗਰਮਾ ਗਰਮ
ਖਾਲਸਾ ਵੇ ਫਤਿਹ ਮੁਬਾਰਕਾਂ ਭਾਜੀ ਬਹੁਤ ਬਹੁਤ ਗੁਰੂ ਨਾਨਕ ਸਾਹਿਬ ਗੁਰਪੁਰਬ ਦੀਆਂ ਵਧਾਈਆਂ ਹੋਰ ਕੰਮ ਕਰਦੇ ਨੰਦ ਮੰਗਲ ਜੀ ਨੰਦ ਮੰਗਲ ਨਵੀਂ ਜੀ ਸਮਰਾਟ ਸਿੰਘ ਆਪਣੀ ਸੇਵਾ 'ਚ ਹਿੱਸਾ ਪਾਉਂਦਾ ਹੋਇਆ ਬਹੁਤ ਆਨੰਦ ਆਇਆ ਜੀ ਅੱਜ ਦੇ ਨਗਰ ਕੀਰਤਨ 'ਤੇ ਹੈ ਨਾ ਵੀਰ ਜੀ ਬਹੁਤ ਆਨੰਦ ਆਇਆ ਖਾਲਸਾ ਵਾਹਿਗੁਰੂ ਫਤਿਹ ਕਾਫੀ ਸੰਗਤ ਸੀਗੀ ਅਸੀਂ ਤਾਂ ਇਸ ਟਾਈਮ ਪਹੁੰਚ ਗਏ ਹਾਂ ਜੀ ਗੁਰਦੁਆਰਾ ਸਾਹਿਬ ਪਾਰਕ ਐਵਨਿਊ ਸਿੰਘ ਸਭਾ ਔਰ ਇੱਥੇ ਸਮਾਪਤੀ ਹੋਏਗੀ ਪਾਲਕੀ ਸਾਹਿਬ ਅੰਦਰ ਆਉਂਦੀ ਹੋਈ ਬੜੀ ਗੁਰਸਤ ਦੀ ਕਿਰਪਾ ਹੋਈ ਜੀ ਨਗਰ ਕੀਰਤਨ ਚੜ੍ਹਦੀ ਕਲਾ ਸਮਾਪਤੀ ਹੋਈ ਹੈ ਆਪਣੇ ਸਤਿਗੁਰ ਕੈ ਬਲਹਾਰੇ ਆਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੇ ਘਰ ਆਇਆ ਪਰ ਮੇਰਾ ਆਨੰਦ ਹਮਾਰੇ ਐਸੇ ਗੁਰ ਕੋ ਪਲ ਪਲ ਜਾਈਏ 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 ਐਸੇ ਗੁਰ ਕੋ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਾਪਤ ਜੋ ਸੁਣੇ ਐਸੇ ਗੁਰ ਕੋ ਪਲ ਪਲ ਜਾਈਏ ਆਗਿਆ ਭਈ ਅਕਾਲ ਕੇ ਸਤਿ ਸ੍ਰੀ ਅਕਾਲ ਜੀ
ਦੇਵ ਸਤੇ ਖਾਲਸੇ ਦੇ ਮਾਤਾ ਜੀ ਮਾਤਾ ਸਾਹਿਬ ਕਰਕੇ ਜੰਮਦਿਆਂ ਦੀਆਂ ਖੁਸ਼ੀਆਂ ਆਪਣੀਆਂ ਸੰਗਤਾਂ ਨੂੰ ਬਖਸ਼ ਕਰਕੇ ਸਰਬੱਤ ਨੂੰ ਨਿਹਾਲ 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 ਕਰਨਾ ਸਰਬੱਤ ਦੀਆਂ ਕਦਮ ਘੜੀਆਂ ਹਾਜ਼ਰੀ ਦਰ ਪ੍ਰਵਾਨ ਕਰੇ ਸਰਬੱਤ ਨੂੰ ਆਪਣੇ ਦਰੋਂ ਕਰੋ ਦੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਸੁਖ ਤੇ ਜੋ ਬੋਲੇ ਕਿਹਾ ਹੋਆ ਸੱਚ ਹੋਵੇ ਦਿਆ ਦਾਤਾ ਬਖਸ਼ ਕੇ ਸਰਬੱਤ ਨੂੰ ਨਿਹਾਲ ਕਰਨਾ ਇਸੇ ਤਰ੍ਹਾਂ ਪਵਿੱਤਰ ਪਾਵਨ ਦਿਲ ਸਾਹਿਬ ਜੀ ਦੇ ਪ੍ਰੇਮ ਪੂਰ ਸਾਦਾ ਭਾਗ ਬਣਾਉਣ ਦੀ ਸਮਰੱਥਾ ਬਖਸ਼ ਦੇ ਸੇ ਪਿਆਰੇ ਵੇਲ ਜਗਾ ਮਿਲਿਆ ਤੇਰਾ ਨਾਮ ਦੇ ਨਾਨਕ ਨਾਮ ਸਮਾਪਤੀ ਹੋ ਗਈ। ਹਾਂਜੀ ਹਾਂਜੀ ਬਹੁਤ ਆਨੰਦ ਮਿਲਿਆ ਜੀ। ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ ਲੰਗਰ ਹਾਲ ਦੇ। ਵਾਹ ਖਾਲਸਾ ਵਾਹਿ ਫਤਿਹ। ਸਿੰਘ ਚੜ੍ਹਦੀ ਕਲਾ ਆਨੰਦ ਮੰਗਲ ਅਸੀਂ ਅਜੇ ਲੰਗਰ ਹਾਲ ਸਿੰਘ ਸਭਾ
पार्क एवन्यू। लंगर हाल जी इस टाइम असि गुरु साहब की कृपा मुबारक बहुत बहुत नगर कीर्तन दी। हाँ जी ठीक है, तुम सुनाओ कितने हो? सत श्री अकाल जी, सत श्री अकाल जी। हाँ जी ठीक है, वाह खालसा वाह फतेह। सो बाहर भी खास प्रबंध किया हुआ है, अगर अगर संगत अंदर जगह छोड़ी पैंदी है तो बाहर संगत इतने भी छक सकती हैं। बहुत वधिया प्रबंध किया हुआ जी, हर साल की तरह गुरु साहब की बहुत कृपा जी। जिथै जाए बहे मेरा सतगुरु, जिथै जाए बहे मेरा सतगुरु, सिखी सो थान आलिया गुरु, सिखी सो थान आलिया। सतगुर नानक प्रगटिया, सतगुर नानक प्रगटिया, सतगुर नानक प्रगटिया, सतगुर नानक प्रगटिया। बाबा पैर तरे पूजा आसन सापन सोवा।
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਭਾਵੇ।